ਇਹ ਤੇ ਸਾਨੂੰ ਸਭ ਨੂੰ ਪਤਾ ਹੈ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਆਰਟਿਸਟ ਆਪਣੇ ਬਰਥਡੇਜ਼ ਤੇ ਆਪਣੇ ਫੈਨਸ ਲਈ ਕੋਈ ਨਾ ਕੋਈ ਸਰਪ੍ਰਾਈਜ਼ ਜ਼ਰੂਰ ਪਲਾਨ ਕਰਦੇ ਨੇ ਤੇ ਇਸੇ ਤਰ੍ਹਾਂ ਸਾਡੀ ਪੰਜਾਬੀ ਇੰਡਸਟਰੀ ਦੇ ਸੁਪਰ ਸਟਾਰ ਜਸ ਮਾਣਕ ਨੇ ਵੀ ਆਪਣੇ ਬਰਥਡੇ ਤੇ ਸਾਡੇ ਨਾਲ ਸ਼ੇਅਰ ਕਰ ਦਿੱਤਾ ਹੈ ਆਪਣੇ ਨਵੇਂ ਆਉਣ ਵਾਲੇ ਗਾਣੇ ਦਾ ਪੋਸਟਰ। ਇਸ ਗਾਣੇ ਦੀ ਆਡੀਓ ਨੂੰ ਤੇ ਅਸੀਂ ਸਾਰਿਆਂ ਨੇ ਇੰਜੋਏ ਕਰ ਲਿਆ ਹੈ ਤੇ ਅਸੀਂ ਸਾਰੇ ਉਡੀਕ ਕਰ ਰਹੇ ਸੀ ਬੜੀ ਬੇਸਬਰੀ ਨਾਲ ਇਸ ਗਾਣੇ ਦੀ ਵੀਡੀਓ ਦੀ। ਜੀ ਹਾਂ, ਤੁਸੀਂ ਬਿਲਕੁਲ ਸਹੀ ਗੈਸ ਕੀਤਾ, ਮੈਂ ਗੱਲ ਕਰ ਰਹੀ ਹਾਂ ਸੌਂਗ ਸ਼ੋਪਿੰਗ ਦੀ। ਸ਼ੋਪਿੰਗ ਗਾਣੇ ਦੀ ਆਡੀਓ ਨੂੰ ਜਦੋਂ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਸੀ ਤੇ ਅਸੀਂ ਸਾਰੇ ਬੜੇ ਹੀ ਐਕਸਾਈਟਿਡ ਸੀ ਦੇਖਣ ਲਈ ਕਿ ਸ਼ੋਪਿੰਗ ਸੌਂਗ ਦੀ ਵੀਡੀਓ ਵਿੱਚ ਸਾਨੂੰ ਕੀ ਕੁਝ ਦੇਖਣ ਨੂੰ ਮਿਲਦਾ ਹੈ। ਤੇ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਉਡੀਕ ਖਤਮ ਹੁੰਦੀ ਹੈ ਕਿਉਂਕਿ ਸ਼ੋਪਿੰਗ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ 13 February ਨੂੰ ਸ਼ਾਮ ਨੂੰ 6 PM। ਜੀ ਹਾਂ, ਜਲਦ ਹੀ ਸ਼ੋਪਿੰਗ ਗਾਣਾ ਰਿਲੀਜ਼ ਹੋਵੇਗਾ ਤੇ ਅਸੀਂ ਸਾਰੇ ਉਸਦੀ ਅਫੀਸ਼ੀਅਲ ਵੀਡੀਓ ਨੂੰ ਇੰਜੋਏ ਕਰ ਸਕਾਂਗੇ। ਆਪਾਂ ਸ਼ੋਪਿੰਗ ਗਾਣੇ ਦੀਆਂ ਡਿਟੇਲਸ ਬਾਰੇ ਵੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਆਓ ਤੁਸੀਂ ਚੈੱਕ ਕਰ ਲਓ ਸ਼ੋਪਿੰਗ ਗਾਣੇ ਦੇ ਇਸ ਅਫੀਸ਼ੀਅਲ ਪੋਸਟਰ ਨੂੰ। ਇੱਥੇ ਹੁਣ ਜੇ ਆਪਾਂ ਗੱਲ ਕਰੀਏ ਇਸ ਗਾਣੇ ਦੀਆਂ ਡਿਟੇਲਸ ਦੀ ਤਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਇਸ ਗਾਣੇ ਨੂੰ ਲਿਖਿਆ ਗਾਇਆ ਤੇ ਕੰਪੋਜ਼ ਕੀਤਾ ਗਿਆ ਹੈ ਖੁਦ ਜਸ ਮਾਣਕ ਵੱਲੋਂ। ਉੱਥੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਮਿਕ ਸਿੰਘ ਨੇ ਤੇ ਇਸ ਗਾਣੇ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ ਸਤੀ ਢਿੱਲੋਂ ਵੱਲੋਂ। ਤੁਹਾਨੂੰ ਮੈਂ ਦੱਸ ਦਵਾਂ ਕਿ ਇਹ ਗਾਣਾ ਰਿਲੀਜ਼ ਹੋਵੇਗਾ ਗੀਤ MP3 ਦੇ ਲੇਬਲ ਅੰਡਰ 13 February ਨੂੰ। ਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਸ ਗਾਣੇ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਜਸ ਮਾਣਕ ਨੇ ਕੈਪਸ਼ਨ ਵਿੱਚ ਲਿਖਿਆ ਕਿ ਮਾਈ ਬਰਥਡੇ ਸਰਪ੍ਰਾਈਜ਼। ਸੋ ਜੀ ਹਾਂ, ਜਸ ਮਾਣਕ ਵੱਲੋਂ ਆਪਣੇ ਬਰਥਡੇ ਤੇ ਆਪਣੇ ਫੈਨਸ ਨੂੰ ਇੱਕ ਵਧੀਆ ਸਰਪ੍ਰਾਈਜ਼ ਦੇ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਜਸ ਮਾਣਕ ਦੀ ਤਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਜਿੱਥੇ ਜਸ ਮਾਣਕ ਸਾਨੂੰ ਆਪਣੀ ਰਾਈਟਿੰਗ ਐਂਡ ਸਿੰਗਿੰਗ ਦੇ ਨਾਲ ਖੁਸ਼ ਕਰ ਰਹੇ ਨੇ, ਉੱਥੇ ਹੀ ਜਲਦ ਅਸੀਂ ਉਹਨਾਂ ਨੂੰ ਐਕਟਿੰਗ ਕਰਦੇ ਹੋਏ ਵੀ ਦੇਖਣ ਵਾਲੇ ਹਾਂ ਉਹਨਾਂ ਦੀ ਇੱਕ ਮੂਵੀ ਵਿੱਚ ਜਿਸਦਾ ਹਜੇ ਤੱਕ ਟਾਈਟਲ ਅਨਾਊਂਸ ਨਹੀਂ ਕੀਤਾ ਗਿਆ, ਪਰ ਮੈਨੂੰ ਉਮੀਦ ਹੈ ਕਿ ਜਲਦ ਹੀ ਉਸ ਮੂਵੀ ਦਾ ਟਾਈਟਲ ਵੀ ਸਾਡੇ ਨਾਲ ਸ਼ੇਅਰ ਕਰ ਦੇਣਗੇ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਰੀਸੈਂਟਲੀ ਅਸੀਂ ਸਾਰੇ ਨੇ ਇੰਜੋਏ ਕੀਤਾ ਉਹਨਾਂ ਦਾ ਗਾਣਾ ਸ਼ੂਟ ਦਾ ਆਰਡਰ, ਜੋ ਕਿ ਸ਼ੂਟਰ ਮੂਵੀ ਦਾ ਹੀ ਇੱਕ ਗਾਣਾ ਹੈ। ਅਸੀਂ ਉਸ ਗਾਣੇ ਨੂੰ ਵੀ ਖੂਬ ਪਿਆਰ ਦਿੱਤਾ ਹੈ ਤੇ ਅਸੀਂ ਉਸ ਗਾਣੇ ਨੂੰ ਖੂਬ ਇੰਜੋਏ ਵੀ ਕੀਤਾ ਹੈ। ਇਸ ਦੇ ਨਾਲ ਹੀ ਹੁਣ ਜੇ ਮੈਂ ਗੱਲ ਕਰਾਂ ਜਸ ਮਾਣਕ ਦੇ ਹੁਣ ਤੱਕ ਦੇ ਸੁਪਰ ਹਿੱਟ ਟਰੈਕਸ ਦੀ ਤੇ ਉਹਨਾਂ ਵਿੱਚ ਨਾਮ ਆਉਂਦਾ ਹੈ ਲਹਿੰਗਾ, ਪਰਾਡਾ, ਬੌਸ, ਤੇਰਾ ਮੇਰਾ ਵਿਆਹ ਅਤੇ ਕਈ ਹੋਰ। ਸੋ ਜਿੱਥੇ ਜਸ ਮਾਣਕ ਦੇ ਸਾਰੇ ਹੀ ਪ੍ਰੋਜੈਕਟਸ ਨੂੰ ਅਸੀਂ ਪਿਆਰ ਦਿੰਦੇ ਹਾਂ ਤੇ ਪਸੰਦ ਵੀ ਕਰਦੇ ਹਾਂ, ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦਾ ਆਉਣ ਵਾਲਾ ਇਹ ਟਰੈਕ ਸ਼ੋਪਿੰਗ ਸ਼ੋਪਿੰਗ ਦੀ ਆਡੀਓ ਵਾਂਗ ਉਸਦੀ ਵੀਡੀਓ ਨੂੰ ਵੀ ਅਸੀਂ ਸਾਰੇ ਖੂਬ ਪਸੰਦ ਕਰਾਂਗੇ। ਬਾਕੀ ਮੈਂ ਤਾਂ ਬਹੁਤ ਐਕਸਾਈਟਡ ਹੋ ਗਈ ਹਾਂ ਸ਼ੋਪਿੰਗ ਗਾਣੇ ਦੀ ਇਸ ਵੀਡੀਓ ਨੂੰ ਦੇਖਣ ਲਈ। ਤੁਸੀਂ ਕਿੰਨੇ ਕੁ ਐਕਸਾਈਟਡ ਹੋ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com। ਪ੍ਰੈਸ ਦ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰਮ ਗਬਰੂ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲੋ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।